ਸੁਬਰਾਮਨੀਆ ਸਵਾਮੀ ਜੀ ਕੌਣ ਨੇ, ਕੀ ਅਥਾਰਟੀ ਹੈ ਬੋਲਣ ਦੀ? ਜੋ ਮਰਜ਼ੀ ਬੋਲਦੇ ਹੋ ਤੁਸੀਂ। ਜਿਹੜਾ ਪ੍ਰਾਈਮ ਮਿਨਿਸਟਰ ਹਿੰਦੁਸਤਾਨ ਦੀ ਸੁਰੱਖਿਆ ਲਈ ਵਚਨਬੰਧ ਹੈ, ਉਹਨੇ ਪਰਵਾਹ ਹੀ ਨਹੀਂ ਕੀਤੀ, ਕਹਿੰਦਾ ਦੇਖਾਂਗੇ ਜੋ ਵਚਨ ਕਰਤਾ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ 'ਚ ਖੜੂੰ ਅਤੇ ਸੁਬਰਾਮਨੀਆ ਸਵਾਮੀ ਕਿਉਂ ਹੁੰਦਾ। ਜਿਹੜੇ ਕਾਂਗਰਸੀ ਵਿਰੋਧ ਕਰ ਰਹੇ ਨੇ ਪਾਰਟੀ ਦੇ ਜਿਹੜੇ ਨੇਤਾ ਨੇ, ਕੀ ਤੁਹਾਡੀ ਕੀ ਸਲਾਹ ਹੈ ਉਹਨਾਂ ਨੂੰ? ਇੱਕ ਥੋੜ੍ਹਾ ਸਾਰੀਆਂ ਕਈ ਪਾਰਟੀਆਂ ਵਿਰੋਧ ਕਰ ਰਹੀਆਂ ਅਤੇ ਵਿਰੋਧ ਕਰਕੇ ਕੀ ਕਰਨਗੇ? ਜਿਹੜਾ ਹੋਣਾ ਸੀ ਹੋ ਗਿਆ, ਹੁਣ ਤਾਂ ਆਕੋਪਾਈ ਕਸ਼ਮੀਰ ਲੈ ਕੇ ਦੱਸਾਂਗੇ। ਦੇਸ਼ ਦੀ ਅਖੰਡਤਾ ਵਾਸਤੇ ਆਪਣੀ ਜਾਨ ਨਛਾਵਰ ਕਰਨ ਦਾ ਜਜ਼ਬਾ ਰੱਖਣ ਵਾਲੇ ਆਤੰਕਵਾਦ ਵਿਰੋਧੀ ਫਰੰਟ ਦੇ ਮੁਖੀ ਮਨਿੰਦਰਜੀਤ ਸਿੰਘ ਬਿੱਟਾ ਸਾਡੇ ਨਾਲ ਨੇ, ਗੱਲਬਾਤ ਕਰ ਲੈਂਦੇ ਹਾਂ। ਸਰ, ਲਗਾਤਾਰ ਤੁਸੀਂ ਵੱਖ ਵੱਖ ਸੂਬਿਆਂ ਦਾ ਦੌਰਾ ਕਰ ਰਹੇ ਹੋ, ਤਾਜ਼ਾ ਹਾਲਾਤਾਂ ਦੇ ਵਿੱਚ 370 ਕਸ਼ਮੀਰ ਦੇ ਵਿੱਚੋਂ ਹਟਾਈ ਗਈ ਹੈ, ਦੋ ਪਾਰਟ ਕੀਤੇ ਗਏ ਨੇ ਕਸ਼ਮੀਰ ਦੇ, ਕਿਸ ਤਰ੍ਹਾਂ ਦੇਖਦੇ ਹੋ ਇਹਨੂੰ? ਜਿਹੜਾ ਇਹ ਫੈਸਲਾ ਮੋਦੀ ਸਰਕਾਰ ਵੱਲੋਂ ਲਿੱਤਾ ਗਿਆ, ਕਿਸ ਤਰ੍ਹਾਂ ਉਹਨੂੰ ਦੇਖਦੇ ਹੋ ਤੁਸੀਂ? 70 ਸਾਲ ਦੀ ਗੁਲਾਮੀ ਜਿਹੜੀ ਹੈ ਉਹ ਮੈਂ ਸਮਝਦਾ ਵੀ ਰਾਤੋ ਰਾਤ ਜੜ ਤੋਂ ਉਖੇੜ ਦਿੱਤੀ, ਔਰ ਇਹ ਅੱਜ ਮੈਂ ਸਮਝਦਾ ਸਾਡਾ ਭਾਰਤ ਮੁਕੰਮਲ ਆਜ਼ਾਦ ਹੋਇਆ, ਸਾਡੇ ਭਾਰਤ ਨੂੰ ਪੂਰੀ ਆਜ਼ਾਦੀ ਮਿਲੀ ਆ। ਕਸ਼ਮੀਰ ਇੱਕ ਜੜ ਸੀ 70 ਸਾਲ ਤੋਂ, ਜਿਹੜੀ ਪੂਰੇ ਹਿੰਦੁਸਤਾਨ ਦੇ ਕੋਨੇ ਕੋਨੇ ਦੇ ਵਿੱਚ ਜਿਹੜੀ ਜ਼ਹਿਰ ਫੈਲਾ ਰਹੀ ਸੀ ਆਤੰਕਵਾਦ ਦਾ, ਚਾਹੇ ਉਹ ਪੰਜਾਬ ਦਾ ਹੋਵੇ, ਚਾਹੇ ਉਹ 26/11 ਦੀ ਘਟਨਾ ਹੋਵੇ, ਚਾਹੇ ਉਹ ਪਾਰਲੀਮੈਂਟ ਦੀ ਘਟਨਾ ਹੋਵੇ, ਚਾਹੇ ਕੋਈ ਹੋਰ ਘਟਨਾ ਹੋਵੇ, ਇਹ ਬੜਾ ਵੱਡਾ ਕਦਮ ਚੁੱਕਿਆ ਗਿਆ, ਔਰ ਇਹਦੇ ਨਾਲ ਸਾਡੇ ਦੇਸ਼ ਦੀ ਡਿਵੈਲਪਮੈਂਟ ਵੀ ਹੋਏਗੀ, ਵਿਕਾਸ ਵੀ ਹੋਏਗਾ, ਸਾਡੀ ਫੋਰਸਿਸ ਜਿਹੜੀ ਹੈ ਹੋਰ ਕੰਮਾਂ 'ਚ ਲੱਗੂ, ਨਕਸਲਾਈਟਾਂ ਨੂੰ ਖਤਮ ਕਰਨ 'ਚ ਲੱਗੂ। ਤੋ ਮੈਂ ਸਮਝਦਾ ਇਸ ਤੋਂ ਵਧੀਆ ਕਦਮ ਕੋਈ ਹੋਰ ਹੋ ਨਹੀਂ ਸਕਦਾ। ਸਵਾਲ ਇਹ ਨਾ ਲੋਕ ਸੋਚਣ ਵੀ ਇਹ BJP ਨੇ ਕੀਤਾ, ਇਹ ਨਰਿੰਦਰ ਮੋਦੀ ਨੇ ਕੀਤਾ। ਸਵਾਲ ਹੈ ਕਿ ਨਰਿੰਦਰ ਮੋਦੀ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਕੀਤਾ ਤਾਂ ਕੀਤਾ, ਉਹਨੇ ਕੀਤਾ ਤਾਂ ਦੇਸ਼ ਲਈ ਕੀਤਾ। ਪਾਰਟੀਆਂ ਇਨਸਾਨ ਤਾਂ ਹੀ ਰਹੇਗਾ ਜੇ ਸਾਡਾ ਦੇਸ਼ ਰਹੇਗਾ। ਇਹਦੇ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਆਂ ਵਿਰੋਧ ਕਰਦੀਆਂ ਨੇ ਉਹਨਾਂ ਦੀ ਸਿਰਫ ਮੈਂ ਕਹਿੰਦਾ ਵੋਟ ਔਰ ਸੱਤਾ ਤੱਕ ਉਹ ਸੀਮਤ ਨੇ, ਉਹਨਾਂ ਨੂੰ ਰਾਸ਼ਟਰ ਨਾਲ ਪ੍ਰੇਮ ਨਹੀਂ, ਉਹਨਾਂ ਨੂੰ ਦੇਸ਼ ਨਾਲ ਕੋਈ ਸੰਬੰਧ ਨਹੀਂ। ਅਗਰ ਸਾਡੇ ਰੋਜ਼ ਜਵਾਨਾਂ ਦੀ ਇੰਨੀ ਸ਼ਹਾਦਤ ਹੁੰਦੀ ਹੈ ਉਹ ਖਤਮ ਹੋ ਜਾਏ, ਸਾਡੇ ਭੈਣਾਂ ਦੇ ਸੁਹਾਗ ਉੱਜਣੇ ਬੰਦ ਹੋ ਜਾਣ ਅਤੇ ਕਹਾਣੀ ਖਤਮ ਹੋ ਜਾਏ, ਹੋਰ ਕੀ ਚਾਹੀਦਾ ਸਾਨੂੰ? ਮਤਲਬ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੇ ਜਵਾਨ ਸ਼ਹੀਦ ਹੁੰਦੇ ਰਹਿਣ, ਭੈਣਾਂ ਦੇ ਸੁਹਾਗ ਉੱਜੜਦੇ ਰਹਿਣ, ਬੱਚੇ ਯਤੀਮ ਹੁੰਦੇ ਰਹਿਣ, ਖੂਨ ਵਹਿੰਦਾ ਰਹੇ, ਜਗ੍ਹਾ ਜਗ੍ਹਾ 'ਤੇ ਬੰਬ ਬਲਾਸਟ ਹੁੰਦੇ ਰਹਿਣ। ਇਹਦਾ ਮਤਲਬ ਪੋਲੀਟੀਕਲ ਪਾਰਟੀਆਂ ਇਹ ਚਾਹੁੰਦੀਆਂ? ਮੈਂ ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਪੁੱਛਣਾ ਚਾਹੁੰਦਾ, ਸਭ ਤੋਂ ਪਹਿਲਾਂ ਤੁਸੀਂ ਹਿੰਦੁਸਤਾਨ ਦੇ ਲੋਕਾਂ ਨੇ ਦੁਨੀਆ 'ਚ ਸਾਬਤ ਕਰੋ ਤੁਸੀਂ ਹਿੰਦੁਸਤਾਨੀ ਹੋ ਜਾਂ ਪਾਰਟੀ ਦੇ ਹੋ, ਚਾਹੇ BJP ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ CPM ਹੋਵੇ, ਚਾਹੇ CPI ਹੋਵੇ, ਇੱਕ ਗੱਲ ਦਾ ਜਵਾਬ ਦੇਸ਼ ਦੀ ਜਨਤਾ ਨੂੰ ਦੇਣ। ਤੁਸੀਂ ਕਾਂਗਰਸੀ ਹੋ, ਤੁਸੀਂ BJP ਦੇ ਹੋ, ਤੁਸੀਂ CPM ਦੇ ਹੋ, ਤੁਸੀਂ CPI ਦੇ ਹੋ, ਤੁਸੀਂ ਅਕਾਲੀ ਦਲ ਦੇ ਹੋ, ਤੁਸੀਂ ਸਮਾਜਵਾਦੀ ਦੇ ਹੋ, ਜਾਂ ਪ੍ਰਥਮ ਰਾਸ਼ਟਰ ਹੋ, ਦੋਨਾਂ 'ਚ ਇੱਕ ਜਵਾਬ। ਜੇ ਉਹ ਕਹਿਣ ਪ੍ਰਥਮ ਰਾਸ਼ਟਰ ਹੈ ਤਾਂ ਸਮਝਾਂਗੇ ਵੀ ਉਹਨਾਂ 'ਤੇ ਦੇਸ਼ 'ਚ ਕੁਝ ਹੈ। ਜੇ ਰਾਸ਼ਟਰ ਨਾਲ ਪ੍ਰੇਮ ਨਹੀਂ ਤਾਂ ਪਾਰਟੀ ਕਰੀ ਹੈ, ਇਹ ਪਾਰਟੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਇਹ ਬੜਾ ਵੇਖਣ ਦਾ ਇਸ ਵੇਲੇ ਰਿਸਰਚ ਕਰਨ ਦਾ ਮੌਕਾ, ਕੌਣ ਦੇਸ਼ ਦੀ ਗੱਲ ਕਰਦਾ, ਕੌਣ ਦੇਸ਼ ਦੇ ਟੁਕੜੇ ਕਰਨ ਦੀ ਗੱਲ ਕਰਦਾ, ਕੌਣ ਅੱਤਵਾਦੀਆਂ ਦੀ ਫੇਵਰ ਕਰਦਾ, ਕੌਣ ਜਵਾਨਾਂ ਦੀ ਸ਼ਹਾਦਤ ਦਾ ਅਪਮਾਨ ਕਰਦਾ, ਬਸ ਗੱਲ ਇਹ ਹੈ। ਤੁਹਾਡੇ ਕਹਿਣ ਦਾ ਮਤਲਬ ਕਿ ਕੁਛ ਮੁੱਦੇ ਐਸੇ ਰਾਸ਼ਟਰ ਦੇ ਹਿੱਤ 'ਚ ਮੁੱਦੇ ਐਸੇ ਹੁੰਦੇ ਆ ਜਿਹਦੇ ਵਾਸਤੇ ਪਾਰਟੀ ਬਾਡੀ ਤੋਂ ਉੱਪਰ ਉੱਠ ਕੇ, ਵੋਟ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਦੇਸ਼ ਵਾਸਤੇ ਫੈਸਲੇ ਲਿੱਤੇ ਜਾਂਦੇ ਆ? ਦੱਸੋ, ਪੰਜਾਬ 'ਚ ਕੋ ਅਸੀਂ ਇਕੱਲਿਆਂ ਨੇ ਅੱਤਵਾਦ ਠੀਕ ਕੀਤਾ? ਕਾਂਗਰਸ ਵੀ ਸੀ, BJP ਵੀ ਸੀ, RSS ਵੀ ਸੀ, CPM ਵੀ ਸੀ, CPI ਵੀ ਸੀ, ਬੜੀਆਂ ਕੁਰਬਾਨੀਆਂ ਦਿੱਤੀਆਂ, ਔਰ ਅਕਾਲੀ ਦਲ ਦਾ ਵੀ ਕੁਛ ਹਿੱਸਾ ਸੀ। ਤੋ ਇਕੱਠੇ ਹੋ ਕੇ ਸਾਰਿਆਂ ਨੇ ਪੰਜਾਬ ਨੂੰ ਅਮਨ ਸ਼ਾਂਤੀ ਦਿੱਤਾ, ਅਤੇ ਜੇ ਪੰਜਾਬ ਨੂੰ ਅਮਨ ਸ਼ਾਂਤੀ ਦਿੱਤਾ ਅਤੇ ਜੇ ਕਸ਼ਮੀਰ ਦੇ ਵਿੱਚ ਅਮਨ ਸ਼ਾਂਤੀ ਆ ਜਾਵੇ, ਉੱਥੋਂ ਦੇ ਜਿਹੜੇ ਨੌਜਵਾਨ ਪੱਥਰਬਾਜ਼ ਨੇ ਉਹਨਾਂ ਦੇ ਹੱਥ 'ਚ ਬੰਦੂਕਾਂ ਦੀ ਜਗ੍ਹਾ 'ਤੇ ਕਲਮ ਆ ਜਾਵੇ, ਉਹਨਾਂ ਨੂੰ ਰੁਜ਼ਗਾਰ ਮਿਲ ਜਾਵੇ, ਕਸ਼ਮੀਰ ਜੰਨਤ ਬਣੇ, ਹਿੰਦੁਸਤਾਨ ਦੇ ਲੋਕ ਪਹਿਲੇ ਦੀ ਤਰ੍ਹਾਂ ਦੁਨੀਆ ਤੋਂ ਲੋਕ ਉੱਥੇ ਜਾਣ ਅਤੇ ਅਮਨ ਸ਼ਾਂਤੀ ਆਵੇ, ਅਤੇ ਉਹ ਕਿਸੇ ਨੂੰ ਕੀ ਤਕਲੀਫ ਹੈ ਜੀ? ਮੈਨੂੰ ਦੱਸੋ ਨਾ ਕਿਸੇ ਨੂੰ ਕੀ? ਅਮਨ ਸ਼ਾਂਤੀ ਇੱਕ ਪਾਸੇ, ਅਮਨ ਸ਼ਾਂਤੀ ਲਈ ਸਖ਼ਤ ਕਦਮ ਤਾਂ ਚੁੱਕਣੇ ਪੈਣਗੇ, ਚੁੱਕੇ। ਜੇ ਪਹਿਲਾਂ ਕਿਸੇ ਨੇ ਨਹੀਂ ਚੁੱਕੇ, ਜੇ ਨਰਿੰਦਰ ਮੋਦੀ ਜੀ ਨੇ ਚੁੱਕ ਲਏ ਤਾਂ ਇਹਨਾਂ ਨੂੰ ਤਕਲੀਫ ਕੀ ਹੈ? ਪਹਿਲੀ ਗੱਲ ਹੈ ਵੀ ਸਾਡੇ ਹੱਡਾਂ ਦੇ ਵਿੱਚ ਸਾਡੇ, ਮੈਂ ਵੀ ਪੁਰਾਣਾ ਕਾਂਗਰਸੀ ਹਾਂ, ਬਹੁਤ ਪੁਰਾਣਾ, ਟਕਸਾਲੀ ਇਹ ਨਵੇਂ ਆਏ ਨੇ ਕਈ, ਅੱਜ ਜੰਮੇ ਜਿਹੜੇ ਇਲੈਕਸ਼ਨਾਂ ਵਿੱਚ ਲੜ ਕੇ ਜਿੱਤੇ ਆ, ਮੈਂ ਬਚਪਨ ਤੋਂ ਹਾਂ, ਮੇਰੇ ਨੱਥ 'ਚ ਭਾਰਤ ਹੈ, ਕਿੰਨੇ ਭਾਰਤ ਵਸਾਇਆ, ਕਾਂਗਰਸ ਸੇਵਾ ਦਲ, ਕਾਂਗਰਸ ਨੇ ਦੇਸ਼ ਵਸਾਇਆ ਮੇਰੇ ਅੰਦਰ, ਹੈ ਨਾ? ਅਤੇ ਮੈਂ ਆਪਣੇ ਵਿਚਾਰਾਂ ਨੂੰ ਛੱਡਿਆ ਨਹੀਂ, ਇਹ ਆਪਣੇ ਵਿਚਾਰਾਂ ਨੂੰ ਛੱਡ ਕੇ ਇਹਨਾਂ ਨੇ ਨਸਾਂ 'ਚ ਪਾਰਟੀ ਦਾ ਖੂਨ ਵੜਿਆ,
ਅਤੇ ਮੇਰੇ ਨਸ ਨਸ ਦੇ ਵਿੱਚ ਭਾਰਤ ਦਾ ਖੂਨ ਵੜਿਆ। ਬਸ ਇੰਨਾ ਕੁ ਫਰਕ ਹੈ, ਇਹਨਾਂ ਨੂੰ ਪਾਰਟੀ ਪਿਆਰੀ ਹੈ, ਦੇਸ਼ ਪਿਆਰਾ ਨਹੀਂ, ਅਤੇ ਮੈਨੂੰ ਦੇਸ਼ ਪਿਆਰਾ। ਫਰਕ ਸਲਾਹ ਜਿਹੜੇ ਕਾਂਗਰਸੀ ਵਿਰੋਧ ਕਰ ਰਹੇ ਨੇ, ਪਾਰਟੀ ਦੇ ਜਿਹੜੇ ਨੇਤਾ ਨੇ, ਕੀ ਤੁਹਾਡੀ ਕੀ ਸਲਾਹ ਹੈ ਉਹਨਾਂ ਨੂੰ? ਮੇਰੀ ਗੱਲ ਦੋ, ਕਾਂਗਰਸੀ ਨਹੀਂ ਸਾਰੀ, ਕਈ ਪਾਰਟੀਆਂ, ਇੱਕ ਥੋੜ੍ਹਾ ਕਾਂਗਰਸ ਥੋੜ੍ਹਾ ਕਰ ਰਹੀ, ਇਹ ਕਰ ਰਹੀ ਹੈ, ਇੱਕ ਥੋੜ੍ਹਾ ਸਾਰੀਆਂ ਕਈ ਪਾਰਟੀਆਂ ਵਿਰੋਧ ਕਰ ਰਹੀਆਂ, ਅਤੇ ਵਿਰੋਧ ਕਰਕੇ ਕੀ ਕਰਨਗੇ? ਜਿਹੜਾ ਹੋਣਾ ਸੀ ਹੋ ਗਿਆ, ਹੁਣ ਤਾਂ ਓਕੋਪਾਈ ਕਸ਼ਮੀਰ ਲੈ ਕੇ ਦੱਸਾਂਗੇ। ਮੈਂ 370 ਧਾਰਾ ਹਟਣ ਤੋਂ ਪਹਿਲਾਂ ਇੱਕ ਜੀ ਟੀ ਵੀ ਦੇ ਉੱਤੇ ਇੱਕ ਡਿਬੇਟ ਦੇ ਵਿੱਚ 370 ਧਾਰਾ ਅਸੀਂ ਨਹੀਂ ਮੰਗੀ ਸੀ, ਕਿਉਂਕਿ ਹੋਣਾ ਹੀ ਨਹੀਂ ਸੀ, ਇਹ ਸੋਚ ਨਹੀਂ ਸਕਦੇ ਵੀ 370, ਇਹ ਪ੍ਰੈਸ ਦੀ ਪਬਲਿਸਿਟੀ ਲਈ ਅਸੀਂ ਬੋਲੀ ਦਾ ਸੀ, ਸਿੱਧੀ ਗੱਲ ਉਹੀ ਹੈ। 370 ਧਾਰਾ ਹਟ ਜੇ, ਜਿਵੇਂ ਰੋਜ਼ ਤੁਸੀਂ ਪੁੱਛਿਆ ਹਟ ਜੇ 300, ਕਿੰਨੇ ਹਟਾਉਣੀ ਕਿੰਨੇ ਨਹੀਂ ਹਟਾਉਣੀ, ਅਖਬਾਰ 'ਚ ਖਬਰ ਲੱਗ, ਗਲਤ ਇੱਥੋਂ ਤੱਕ ਮੈਂ ਹੋਵਾਂ ਜਾਂ ਕੋਈ ਹੋਰ ਹੋਵੇ, ਬੁਰਾ ਨਾ ਮਨਾਉਣਾ ਹੈ ਨਾ, ਕੋਈ ਹੋਰ ਹੋਵੇ, ਸਵਾਲ ਤਾਂ ਹੈ ਵੀ ਕਈ ਵਾਰੀ ਅਸੀਂ ਇੱਦਾਂ ਦੀਆਂ ਗੱਲਾਂ ਕਰ ਜਾਂਦੇ, ਚਲੋ ਅਸੀਂ ਕਿਹਾ 35, ਇਹ ਤਾਂ ਹੋ ਸਕਦੀ ਹੈ। ਠੋਕ ਠੋਕ ਕੇ ਡਿਬੇਟ 'ਚ ਸ਼ਬਨਮ ਜਿਹੜੀ ਲੋਨ ਸੀ, ਹੋਰ ਇੱਕ ਪੀ ਡੀ ਪੀ ਦਾ ਲੀਡਰ ਸੀ, ਠੋਕ ਠੋਕ ਕੇ ਗਿਆ, ਔਰ ਬੀ ਜੇ ਪੀ ਦੇ ਇੱਕ ਲੀਡਰ ਨੂੰ ਕਿਹਾ ਉੱਥੇ ਡਿਬੇਟ ਦੇ ਵਿੱਚ ਵੀ ਨੋਟਬੰਦੀ ਹੋਈ, ਚਾਹ ਦੇ ਗਲਾਸ ਹੱਥ 'ਚ ਫੜੇ ਰਹਿ ਗਏ, ਸਰਜੀਕਲ ਓਪਰੇਸ਼ਨ ਹੋਇਆ, ਸਵੇਰੇ ਪੱਤਰਕਾਰ ਫੋਨ ਕਰਦੇ ਜੀ ਤੁਹਾਡੀ ਇੰਟਰਵਿਊ ਲੈਣੀ 5 ਵਜੇ, ਪਲੇਨ ਉੱਥੋਂ ਹੋ ਕੇ 15 ਮਿੰਟ 'ਚ ਠੋਕ ਠਾਕ ਕੇ ਆ ਵੀ ਗਏ, 300 ਬੰਦਾ ਮਾਰ ਕੇ ਵੀ ਆ ਗਏ, ਪਹਿਲਾਂ 40 ਬੰਦੇ ਮਾਰ ਕੇ ਆ ਗਏ, ਫਿਰ 300 ਮਾਰਾਏ। ਅਤੇ ਮੈਂ ਬੀ ਜੇ ਪੀ ਵਾਲੇ ਨੂੰ, ਮੈਂ ਕਿਹਾ ਤੁਹਾਨੂੰ ਸਵੇਰੇ ਪਤਾ ਨਹੀਂ ਲੱਗਣਾ ਕੀ ਹੋਣਾ, ਰੱਬ ਦੀ ਐਸੀ ਕਿਰਪਾ ਹੋਈ ਸਰਸਵਤੀ ਮਾਤਾ ਦੀ ਕਿ ਸਵੇਰੇ ਮੰਗੀ 335 ਇਹ ਸੀ, ਹਟ ਗਈ 370 ਧਾਰਾ, ਰੱਬ ਦੀ ਕਿਰਪਾ ਹੋਈ, ਕਿਉਂਕਿ ਨੀਤਾਂ ਸਾਡੀਆਂ ਚੰਗੀਆਂ ਨੇ, ਨੀਤਾਂ ਸਾਡੀਆਂ ਜਿਹੜੀਆਂ ਨੇ ਉਹ ਪਾਰਟੀ ਪੋਲੀਟਿਕਸ ਅਤੇ ਵਪਾਰ ਅਤੇ ਧੰਦੇ ਨਹੀਂ ਹੈ। ਅੱਜ ਨਹੀਂ ਤਾਂ ਕੱਲ੍ਹ ਜਾਣਾ, ਤੇਰਾ ਵੈਭਵ ਅਮਰ ਹੈ ਮਾਂ ਹਮ ਦਿਨ ਚਾਰ ਰਹੇ ਨਾ ਰਹੇ, ਅਸੀਂ ਜਾਣਾ ਇੱਕ ਦਿਨ, ਪਰ ਦੇਸ਼ ਹਮੇਸ਼ਾ ਅਮਰ ਰਹੇ। ਜੇ ਰਾਜਨੀਤਿਕ ਲੋਕ, ਜੇ ਜ਼ਿੰਮੇਦਾਰ ਲੋਕ, ਅਸੀਂ ਸਮਾਜ ਦੇ ਆਦਰਸ਼ ਹਾਂ, ਸਮਾਜ ਦੇ ਅਦਰ, ਸਾਨੂੰ ਲੋਕ ਵਾਚ ਕਰਦੇ, ਸਾਨੂੰ ਲੋਕ ਦੇਖਦੇ, ਸਾਡਾ ਚੰਗਾ ਗੁਣ ਵੀ ਦੇਖਦੇ, ਸਾਡਾ ਮਾੜਾ ਗੁਣ ਵੀ ਦੇਖਦੇ। ਜੇ ਅਸੀਂ ਮਾੜੇ ਕਰਮ ਕਰਾਂਗੇ, ਜਿਹੜੀ ਨਵੀਂ ਜਨਰੇਸ਼ਨ ਉਸ ਰਸਤੇ 'ਤੇ ਚੱਲੇਗੀ, ਜੇ ਚੰਗੇ ਕਰਮ ਕਰਾਂਗੇ ਲੋਕ ਉਸ ਰਸਤੇ 'ਤੇ ਚੱਲਣਗੇ। ਅਤੇ ਪਹਿਲਾਂ ਤਾਂ ਜਿਹੜੇ ਰਾਜਨੀਤਿਕ ਲੋਕ ਇਹੋ ਜਿਹੇ ਹੁੰਦੇ ਸੀ ਨਾ, ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ, ਜਿਹੜੇ ਉਹ ਰਾਜਨੀਤਿਕ ਲੋਕ ਹੀ ਸੀ ਨਾ, ਘਰੋਂ ਨਿਕਲਦੇ ਸੀ, ਕੀ ਕਹਿੰਦੇ ਸੀ? ਮਾਂ ਗੋਲੀ ਸੀਨੇ 'ਤੇ ਖਾਵਾਂਗੇ, ਭਾਰਤ ਮਾਤਾ ਨੂੰ ਆਜ਼ਾਦ ਕਰਾਵਾਂਗੇ। ਅੱਜ ਕੀ ਕਹਿੰਦੇ? ਮਾਂ ਗੋਲੀ ਸੀਨੇ 'ਤੇ ਨਹੀਂ ਖਾਵਾਂਗੇ, ਭਾਰਤ ਮਾਤਾ ਨੂੰ ਅੱਤਵਾਦ ਦਾ ਗੁਲਾਮ ਬਣਾਵਾਂਗੇ, ਨੋਚ ਨੋਚ ਕੇ ਭਾਰਤ ਨੂੰ ਖਾਵਾਂਗੇ। ਸਾਡੀਆਂ ਸੋਚਾਂ ਅਤੇ ਵਿਚਾਰਾਂ 'ਚ ਫਰਕ ਪੈ ਗਿਆ। ਰਾਜਨੀਤਿਕ ਬਣੋ, ਪਰ ਰਾਜਨੀਤੀ ਉਹ ਰਹੋ ਜਿਹੜੀ ਆਜ਼ਾਦੀ ਤੋਂ ਪਹਿਲਾਂ ਸੀ, ਰਾਜਨੀਤੀ ਉਹ ਲਵੋ ਜਿਹੜੀ ਸਰਦਾਰ ਪਟੇਲ ਔਰ ਲਾਲ ਬਹਾਦਰ ਸ਼ਾਸਤਰੀ ਦੀ ਰਾਜਨੀਤੀ ਸੀ, ਉਹ ਰਾਜਨੀਤੀ ਨੂੰ ਤੁਸੀਂ ਲੈ ਕੇ ਚੱਲੋ। ਜੇ ਤੁਸੀਂ ਸਾਰੇ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਚੱਲਦੇ ਰਹੇ ਵੋਟ ਬੈਂਕ ਦੀ ਲੈ ਕੇ, ਤਾਂ ਯਾਦ ਰੱਖਣਾ ਆਉਣ ਵਾਲੀਆਂ ਜਨਰੇਸ਼ਨਾਂ ਨੇ ਸਾਨੂੰ ਮਾਫ਼ ਨਹੀਂ ਕਰਨਾ। ਔਰ ਜੇ ਕਸ਼ਮੀਰ 'ਚ ਅਮਨ ਸ਼ਾਂਤੀ ਹੋ ਗਿਆ, 2-4 ਮਹੀਨੇ ਸਾਲ 'ਚ ਰਿਜ਼ਲਟ ਆਜੂ, ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਪਿੱਛੇ ਰਹੀਆਂ ਨੇ, ਜਿਨ੍ਹਾਂ ਨੇ ਰਾਜ ਕੀਤਾ, ਕਿਸੇ ਨੇ 2 ਸਾਲ, ਕਿਸੇ ਨੇ 3 ਸਾਲ, ਕਿਸੇ ਨੇ 1 ਸਾਲ, ਬੀ ਜੇ ਪੀ, ਕਾਂਗਰਸ, ਸਭ ਨੇ ਅਸੀਂ ਕੀਤਾ, ਸਾਡੇ ਤੋਂ ਲੋਕਾਂ ਨੇ ਗਲੇ ਫੜ ਫੜ ਕੇ ਸਵਾਲ ਜ਼ਰੂਰ ਪੁੱਛਣੇ ਨੇ, ਇਹ ਜਵਾਨ ਤੁਹਾਡੀਆਂ ਗਲਤੀਆਂ ਨਾਲ ਸ਼ਹੀਦ ਹੋਏ, ਦੇਸ਼ ਦਾ ਕਰੋੜਾਂ ਅਰਬਾਂ ਰੁਪਇਆ ਕਸ਼ਮੀਰ 'ਚ ਲੁਟਾਇਆ ਗਿਆ ਪਾਣੀ ਦੀ ਤਰ੍ਹਾਂ, ਇਹ ਕਿਉਂ ਕੀਤਾ, ਇਹਦਾ ਹਿਸਾਬ ਦਿਓ, ਯਾਦ ਰੱਖ ਲੈਣਾ। ਪਾਰਟੀਆਂ ਜਿਹੜੀਆਂ, ਕੁਛ ਪਾਰਟੀਆਂ ਹਜੇ ਵੀ ਉੱਥੇ ਜਾ ਕੇ ਦੌਰਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਰਾਹੁਲ ਗਾਂਧੀ ਦੇ ਅਗਵਾਈ ਦੇ ਵਿੱਚ। ਰਾਹੁਲ ਗਾਂਧੀ ਜੀ ਬਾਰੇ ਮੈਂ ਕੋਈ ਫਾਲਤੂ ਗੱਲ ਨਹੀਂ ਕਰਨੀ, ਮੈਂ ਕੋਈ ਪੋਲੀਟੀਕਲ ਗੱਲ ਨਹੀਂ ਕਰਨੀ, ਮੈਂ ਜਰਨਲ ਗੱਲ ਕਰਦਾ, ਦੇਸ਼ ਦੀ ਗੱਲ ਕਰਦਾ। ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਕਹਿਣਾ ਚਾਹੁੰਦਾ, ਔਰ ਰੱਬ ਦਾ ਵਾਸਤਾ ਜੇ, ਬੜਾ ਰਾਸ਼ਨ ਪਾਣੀ ਅਸੀਂ ਸਾਰਿਆਂ ਨੇ ਕਮਾ ਲਿਆ, ਰੱਬ ਦੀ ਕਿਰਪਾ ਹੋਵੇ, ਕਿਰਪਾ ਕਰੋ ਪਰਮਾਤਮਾ, ਸਾਨੂੰ ਸਮਰੱਥਾ ਬਖਸ਼ੋ, ਅਸੀਂ ਚੰਗੇ ਕੰਮ ਕਰੀਏ, ਅਸੀਂ ਚੰਗੇ ਕਰਮ ਕਰੀਏ, ਅਸੀਂ ਦੇਸ਼ ਦੀ ਗੱਲ ਸੋਚੀਏ, ਖੂਨ ਨਾਲ ਸੱਜਿਆ ਸਾਡਾ ਭਾਰਤ ਹੈ, ਅਸੀਂ ਇਤਿਹਾਸ ਦੇ ਪੰਨਿਆਂ ਨੂੰ ਪੜ੍ਹੀਏ, ਅਸੀਂ ਨਵਾਂ ਰਸਤਾ ਅਪਣਾਈਏ, ਅਸੀਂ ਰਾਜਨੀਤੀ ਨੂੰ ਹੁਣ ਚੇਂਜ ਕਰੀਏ, ਰਾਜਨੀਤੀ ਨੂੰ ਵਪਾਰ ਦਾ ਧੰਦਾ ਨਾ ਬਣਾਈਏ, ਰਾਜਨੀਤੀ ਨੂੰ ਇੱਕ ਚੰਗਾ ਕਰਮ ਬਣਾਈਏ। ਮੈਂ ਵੀ ਤਾਂ ਇੱਕ ਪੋਲੀਟੀਸ਼ੀਅਨ, ਮੈਂ ਪੰਜਾਬ 'ਚ ਅਮਨ ਸ਼ਾਂਤੀ ਦਿੱਤਾ, ਮੈਂ ਇਕੱਲੇ ਨੇ ਨਹੀਂ ਦਿੱਤਾ, ਸਾਰਿਆਂ ਨੇ ਦਿੱਤਾ। ਬੰਬ ਗੋਲੀਆਂ ਨਾ, ਕੁਰਬਾਨੀ ਕਹਿਣਾ ਪਾਪ ਹੈ, ਅਹਿਸਾਨ ਨਹੀਂ ਕੀਤਾ, ਕੁਰਬਾਨੀ ਨਹੀਂ, ਮੈਂ ਕਰਤਵ ਨੂੰ ਪੂਰਾ ਕੀਤਾ, ਅਮਨ ਸ਼ਾਂਤੀ ਆਇਆ। ਮੈਂ ਕਿਉਂ ਇਲੈਕਸ਼ਨ ਲੜੀ ਸੀ ਜਦੋਂ ਅੱਤਵਾਦੀਆਂ ਨੇ ਕਿਹਾ ਜੇ ਬਿੱਟਾ ਇਲੈਕਸ਼ਨ ਲੜੂ ਬੰਬਾਂ ਨਾਲ ਉਡਾ ਦੇਵਾਂਗੇ, ਜਿਹੜਾ ਵੋਟ ਪਾਉਣ ਜਾਏਗਾ ਹੱਥ ਕੱਟ ਦੇਵਾਂਗੇ। ਮੈਂ ਕਿਹਾ ਤੁਹਾਡੇ ਚੈਲੇਂਜ ਨੂੰ ਮੈਂ ਕਬੂਲ ਕਰਦਾ, ਜਿੱਤੇ, ਮੈਂ ਇਲੈਕਸ਼ਨ ਨਹੀਂ ਲੜਨੀ ਸੀ, ਜਿੱਤੇ, ਅਮਨ ਸ਼ਾਂਤੀ ਦਿੱਤਾ, ਆਪਾਂ ਛੱਡ ਕੇ ਚਲੇ ਗਏ ਵੀ ਪੰਜਾਬ ਹੁਣ ਤੁਸੀਂ ਸੰਭਾਲੋ, ਅਸੀਂ ਪੰਜਾਬ ਜਿੰਨਾ ਕੁ ਨਿਗਾਹ ਰੱਖਾਂਗੇ ਪੂਰਾ ਦੇਸ਼ ਘੁੰਮਾਂਗੇ। ਕੀ ਆ ਪੋਲੀਟਿਕਸ? ਅੱਜ ਨਹੀਂ ਤਾਂ ਕੱਲ੍ਹ ਜਾਣਾ, ਗਿਆਨੀ ਬਣ ਜਾਂਦੇ ਆ, ਵਿਦਵਾਨ ਬਣ ਜਾਂਦੇ ਆ, ਪੜ੍ਹੇ ਲਿਖੇ ਬਣ ਜਾਂਦੇ ਆ, ਵਕੀਲ ਬਣ ਜਾਂਦੇ ਆ, ਬੜੀਆਂ ਕਿਤਾਬਾਂ ਪੜ੍ਹ ਲੈਂਦੇ ਆ, ਤਾਂ ਮੌਤ ਦਾ ਤਾਂ ਸਾਨੂੰ ਗਿਆਨ ਹੀ ਨਹੀਂ, ਅੱਜ ਤਾਂ ਕੱਲ੍ਹ ਜਾਣਾ, ਮੌਤ ਦਾ ਤਾਂ ਗਿਆਨ ਹੀ ਨਹੀਂ। ਮੌਤ ਦਾ ਗਿਆਨ ਵੀ ਲੈ ਲਓ, ਮੈਂ ਕਹਿੰਦਾ ਮੌਤ ਤੋਂ ਡਰੋ ਨਾ, ਮੌਤ ਦਾ ਗਿਆਨ ਲੈ ਲਓ, ਅੱਜ ਨਹੀਂ ਤਾਂ ਕੱਲ੍ਹ ਜਾਣਾ, ਆਪਾਂ ਕਰਮ ਤਾਂ ਚੰਗੇ ਕਰੀਏ। ਇਹ ਪੰਜਾਬ ਦੀ ਜਿਹੜੀ ਸਾਡੀ ਧਰਤੀ ਹੈ, ਇਹ ਸਾਡੀ ਧਰਤੀ ਕਿੱਥੇ ਜਾ ਰਹੀ ਆ ਅੱਜ, ਕਿੱਥੇ ਜਾ ਰਹੀ ਪੰਜਾਬ ਦੀ ਧਰਤੀ? ਕਿਸੇ ਪੋਲੀਟੀਕਲ ਪਾਰਟੀ ਨੂੰ ਨਹੀਂ ਕਹਿਣਾ ਚਾਹੁੰਦਾ, ਆ ਲੁਧਿਆਣੇ ਆਇਆ, ਆ ਕੇ ਦੇਖਦਾ ਬਾਹਰ ਜਿਹੜੇ ਸਾਡੇ ਪੌਦੇ ਨੇ, ਪੌਦਿਆਂ 'ਤੇ ਵੀ ਮਿੱਟੀ ਜੰਮੀ ਆ,
ਮਿੱਟੀ ਉੱਡੀ ਜਾਂਦੀ ਅੱਜ ਦੀ ਥੋੜ੍ਹਾ 15 ਸਾਲਾਂ ਦੀ ਦੇਖੀ ਜਾਂਦਾ ਰੋਣਾ ਆਉਂਦਾ ਅੱਖਾਂ ਨੂੰ ਅੱਜ ਹੀ ਵਿਚਾਰ ਆਉਣ ਡਿਆ ਸੀ ਯਾਰ ਇਹ ਕਿਉਂ ਹੋ ਗਿਆ ਸਾਡੀ ਪੰਜਾਬ ਦੀ ਧਰਤੀ ਕਿਉਂ ਉੱਜੜ ਗਈ ਕਿਉਂਕਿ ਅਸੀਂ ਪਾਪ ਕੀਤੇ ਅਸੀਂ ਬੇਗੁਨਾਹਾਂ ਦੇ ਕਤਲੇਆਮ ਕੀਤੇ ਅਸੀਂ ਗੁਰੂ ਮਹਾਰਾਜ ਦੀ ਪਵਿੱਤਰ ਨਗਰੀ ਖੂਨਾਂ ਨਾਲ ਤਪਾਂ ਨਾਲ ਜਪਾਂ ਨਾਲ ਸਾਹਿਬਜ਼ਾਦਿਆਂ ਦੀ ਧਰਤੀ ਨੂੰ ਕਿੱਡਾ ਸੁੰਦਰ ਸਜਾਇਆ ਸੀ ਅਸੀਂ ਬੇਗੁਨਾਹਾਂ ਦੇ ਕਤਲੇਆਮ ਕੀਤੇ ਟ੍ਰੇਨਾਂ 'ਚੋਂ ਲਾਹ ਲਾ ਬੇਗੁਨਾਹ ਬੰਦੇ ਮਾਰਤੇ ਕਿ ਸਾਡੇ ਗੁਰੂਆਂ ਨੇ ਕਿਹਾ ਸੀ ਕਿ ਤੁਸੀਂ ਮਜ਼ਲੂਮਾਂ ਦਾ ਕਤਲ ਕਰੋ ਸਾਡੇ ਗੁਰੂਆਂ ਗੁਰੂ ਸਾਹਿਬਾਨ ਨੇ ਤਾਂ ਕਿਹਾ ਸੀ ਮਜ਼ਲੂਮਾਂ ਦੀ ਰੱਖਿਆ ਲਈ ਸਿੱਖ ਕੌਮ ਸਜਾਈ ਅਸੀਂ ਮਾਰਤੇ ਹਿੰਦੂ ਅੱਜ ਉਹ ਧਰਤੀ ਜਿਹੜੀ ਹੈ ਉਹ ਗੁਰੂ ਮਹਾਰਾਜ ਦਾ ਅਪਮਾਨ ਕਰਕੇ ਧਰਤੀ ਸ੍ਰੀ ਨਾਥ ਕਰਤੀ ਐਡੀ ਪਿਆਰੀ ਸਾਡੀ ਖੁਸ਼ਬੂ ਧਰਤੀ 'ਚੋਂ ਆਉਂਦੀ ਸੀ ਅੱਜ ਸਾਰੇ ਪਾਸੇ ਦੇਖੋ ਧਰਤੀ ਸਾਡੀ ਕਿੱਥੇ ਕਿਹਨੇ ਕੀਤੀ ਅਸੀਂ ਪੋਲੀਟੀਸ਼ਨਾਂ ਨੇ ਕੀਤੀ ਅਸੀਂ ਆ ਜ਼ਿੰਮੇਦਾਰ ਲੋਕ ਪੋਲੀਟੀਸ਼ਨ ਅੱਜ ਵਿਦੇਸ਼ਾਂ 'ਚੋਂ ਲੋਕ ਸਾਨੂੰ ਕਿਉਂ ਗਾਲਾਂ ਕੱਢਦੇ ਕਿਉਂ ਮਾੜੇ ਸ਼ਬਦ ਬੋਲਦੇ ਇਹ ਪੰਨੂ ਪੁੰਨੂ ਤਾਂ ਛੱਡ ਦਿਓ ਆ ਜਿਹੜੇ ਦੋ ਚਾਰ ਖਾਲਿਸਤਾਨੀ ਇਹਨਾਂ ਨੂੰ ਤਾਂ ਪਰੇ ਕਰੋ ਆ ਪੂਰੀ ਦੁਨੀਆ 'ਚ ਜਿਹੜਾ ਸਿੱਖ ਹੈ ਸਾਨੂੰ ਕਿਉਂ ਮਾੜੇ ਸ਼ਬਦ ਬੋਲਦਾ ਉਹ ਮਾੜੇ ਸ਼ਬਦ ਸਾਨੂੰ ਸਹੀ ਬੋਲਦਾ ਕਿਉਂ ਬੋਲਦਾ ਕਿਉਂਕਿ ਅਸੀਂ ਕਰਮ ਮਾੜੇ ਪੋਲੀਟੀਸ਼ੀਅਨ ਕਰਦੇ ਹਾਂ ਅਸੀਂ ਨਾ ਤਾਂ ਹਸਪਤਾਲ ਦਿੰਦੇ ਹਾਂ ਨਾ ਅਸੀਂ ਚੰਗੇ ਸਕੂਲ ਦਿੰਦੇ ਹਾਂ ਨਾ ਅਸੀਂ ਲੋਕਾਂ ਨਾਲ ਇਲਾਜ ਕਰਾਉਂਦੇ ਹਾਂ ਨਾ ਲੋਕਾਂ 'ਚ ਅਸੀਂ ਜਜ਼ਬਾ ਪੈਦਾ ਕਰਦੇ ਹਾਂ ਨਾ ਅਸੀਂ ਲੋਕਾਂ 'ਚ ਸਿੱਖੀ ਨੂੰ ਪ੍ਰਫੁੱਲਿਤ ਕਰਦੇ ਹਾਂ ਸਿੱਖੀ ਨਾਮ ਨੂੰ ਇਹ ਨਾ ਸਮਝਿਆ ਜਾਵੇ ਖਾਲਿਸਤਾਨ ਲੋਕਾਂ ਨੇ ਰਾਜਨੀਤੀ ਨੂੰ ਇੱਕ ਤਰ੍ਹਾਂ ਵਪਾਰ ਬਣਾ ਲਿਆ ਲੋਕ ਰਾਜਨੀਤੀ ਨੂੰ ਲੋਕਾਂ ਦੀ ਭਲਾਈ ਵਾਸਤੇ ਯੂਜ਼ ਕਰਨਾ ਚਾਹੀਦਾ ਤੁਹਾਡੀ ਨਸੀਹਤ ਹੈ ਵਾ ਉਹ ਨਹੀਂ ਮੈਂ ਵੀ ਤਾਂ ਯਾਰ ਤੁਹਾਡੇ ਸਾਹਮਣੇ ਹਾਂ ਮੈਂ ਤੁਹਾਡੇ ਸਾਹਮਣੇ ਉਦਾਹਰਣ ਹੈ ਕਿੰਨੀਆਂ ਇਲੈਕਸ਼ਨਾਂ ਨਿਕਲ ਗਈਆਂ ਦੱਸੋ ਨਾ ਟਿਕਟਾਂ ਮੇਰੇ ਅੱਗੇ ਅੱਗੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਸਾਰੀਆਂ ਪਾਰਟੀ ਤੂੰ ਵੀ ਇੱਧਰੋਂ ਲੈ ਲਾ ਤੂੰ ਇੱਧਰੋਂ ਲੈ ਲਾ ਮੈਂ ਤਾਂ ਨਹੀਂ ਲੜਦਾ ਮੈਂ ਆਪਣੇ ਕਰਤੱਵ ਨੂੰ ਪੂਰਾ ਕੀਤਾ ਔਰ ਆਖਰੀ ਸਮੇਂ ਤੱਕ ਦੱਸਾਂਗਾ ਮੇਰੇ ਬਾਰੇ ਜਿਹੜੇ ਗੱਲਾਂ ਕਰਿਆ ਕਰਦੇ ਸੀ ਵੀ ਮੇਰਾ ਮਕਸਦ ਸਿਰਫ ਅਮਨ ਸ਼ਾਂਤੀ ਸੀ ਮੇਰਾ ਮਕਸਦ ਸਿਰਫ ਸੇਵਾ ਸੀ ਮੇਰਾ ਮਕਸਦ ਰਾਜਨੀਤੀ ਧੰਦਾ ਵਪਾਰ ਨਹੀਂ ਸੀ ਇਹ ਮੈਂ ਇਕੱਲਾ ਆਦਮੀ ਸਾਬਤ ਕਰਕੇ ਜਾਊਂਗਾ ਇਸ ਦੁਨੀਆ 'ਚੋਂ ਤਾਂ ਮੈਂ ਸਾਰਿਆਂ ਨੂੰ ਕਹਿੰਦਾ ਮੈਂ ਨਹੀਂ ਕਹਿੰਦਾ ਤੁਸੀਂ ਮੇਰੇ ਵਾਂਗੂ ਚੱਲੋ ਮੈਂ ਤਾਂ ਕੁਛ ਨਹੀਂ ਮੈਂ ਤਾਂ ਪਾਪੀ ਜਿਹਾ ਆਦਮੀ ਮੈਂ ਸਭ ਨੂੰ ਕਹਿੰਦਾ ਤੁਸੀਂ ਆਪਣੇ ਰਸਤਿਆਂ ਨੂੰ ਰਾਜਨੀਤਿਕ ਲੋਕੋ ਬਦਲੋ ਆਪਣੇ ਬਦਲ ਕੇ ਇੱਕ ਚੰਗਾ ਚੰਗਾ ਰਸਤਾ ਅਪਣਾਓ ਚੰਗੀ ਸੋਚ ਬਣਾਓ ਪੰਜਾਬ ਜਿਹੜਾ ਹਿੰਦੁਸਤਾਨ ਦੀ ਤਾਂ ਮੈਂ ਗੱਲ ਨਹੀਂ ਕਰਦਾ ਇਸ ਵੇਲੇ ਮੈਂ ਸਿਰਫ ਪੰਜਾਬ ਦੀ ਗੱਲ ਕਰਦਾ ਪੰਜਾਬ 'ਚ ਆਉਣਾ ਹੱਸਦਾ ਆਉਣਾ ਜਦੋਂ ਪੰਜਾਬ ਦੇ ਬਾਰਡਰ ਨੂੰ ਟੱਪਦਾ ਫਿਰ ਵਾਪਸ ਜਾਣਾ ਰੋਂਦਾ ਜਾਣਾ ਸੜਕਾਂ ਇੱਧਰ ਚਲੋ ਸੜਕਾਂ ਚੰਗੀਆਂ ਆਸ ਪਾਸ ਦੇਖਦਾ ਕਿੱਥੇ ਖੜ ਗਏ ਅਸੀਂ ਨਸ਼ੇ ਹੋਰ ਕੌਣ ਠੀਕ ਕਰੂ ਇਹਨੂੰ ਰੱਬ ਆ ਕੇ ਠੀਕ ਕਰੇਗਾ ਅਸੀਂ ਕੋਈ ਕੋਸ਼ਿਸ਼ ਕਰਾਂਗੇ ਤਾਂ ਵੀ ਪਰਮਾਤਮਾ ਕਿਰਪਾ ਕਰੇਗਾ ਨਾ ਸਾਡੇ 'ਤੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੁੰਦਾ ਉਹਦੇ 'ਤੇ ਰਾਜਨੀਤੀ ਕਰ ਜਾਂਦੇ ਇਹ ਸੁਖਪਾਲ ਖਹਿਰੇ ਨੂੰ ਪੁੱਛ ਲਓ ਬੁਰਾ ਨਾ ਮਨਾਉਣਾ ਮੈਂ ਉਹਦੇ ਖਿਲਾਫ਼ ਨਹੀਂ ਹਾਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ ਸੰਘਰਸ਼ ਕੀਤਾ ਰੈਲੀਆਂ ਕੀਤੀਆਂ ਤੂੰ ਭੀੜਾਂ ਇਕੱਠੀਆਂ ਭੀੜ ਦੇ ਨਸ਼ੇ 'ਚ ਇਲੈਕਸ਼ਨ ਲੜ ਗਿਆ ਇਹਦਾ ਮਤਲਬ ਗੁਰੂ ਮਹਾਰਾਜ ਦੇ ਨਾਂ 'ਤੇ ਤੂੰ ਪੋਲੀਟਿਕਸ ਕੀਤੀ ਜੇ ਤੂੰ ਗੁਰੂ ਮਹਾਰਾਜ ਨਾਲ ਤੈਨੂੰ ਇੰਨਾ ਹੀ ਪਿਆਰ ਸੀ ਗੁਰੂ ਗ੍ਰੰਥ ਸਾਹਿਬ ਨਾਲ ਤਾਂ ਫਿਰ ਇਲੈਕਸ਼ਨ ਨਾ ਲੜਦਾ ਸੰਘਰਸ਼ ਕਰਕੇ ਬਹਿੰਦਾ ਮੈਂ ਵੀ ਸ਼ਾਇਦ ਤੇਰੇ ਨਾਲ ਬਹਿ ਜਾਂਦਾ ਸੰਘਰਸ਼ ਕਰਕੇ ਉਹਦਾ ਗੁਰੂ ਗ੍ਰੰਥ ਸਾਹਿਬ ਤੋਂ ਆਪਣਾ ਫਾਇਦਾ ਚੁੱਕੋ ਮੁੜ ਕੇ ਗੁਰੂ ਮਹਾਰਾਜ ਨੇ ਕਿਹਾ ਵੀ ਤੂੰ ਤਾਂ ਪਾਪੀ ਹੈ ਗੁਰੂ ਮਹਾਰਾਜ ਨੇ ਜਮਾਨ ਜ਼ਬਤ ਕਰਾਤੀ ਉਹਦੀ ਮੈਂ ਤਾਂ ਇਹੀ ਕਹਾਂਗਾ ਚੋਲੇ ਵੱਡੇ ਵੱਡੇ ਪਾ ਕੇ ਗੁਰਮੁਖ ਬਣ ਕੇ ਅਤੇ ਤੁਸੀਂ ਪਾਪ ਨਾ ਕਰੋ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਚੰਗੇ ਨੇ ਉਹਨਾਂ ਦੇ ਅੱਗੇ ਸਿਰ ਝੁਕਾਉਂਦੇ ਆ ਜੇ ਚੱਲਣਾ ਅਤੇ ਜਿਹੜੇ ਬਾਹਰ ਦੇ ਵਿਦੇਸ਼ਾਂ 'ਚ ਬੈਠੇ ਸਿੱਖ ਨੇ ਨਾ ਗੁਰੂ ਮਹਾਰਾਜ ਦੇ ਮਿੱਤਰ ਪਿਆਰੇ ਜਿਹੜੇ ਜਿਨ੍ਹਾਂ ਨੇ ਸਿੱਖੀ ਨੂੰ ਪ੍ਰਫੁੱਲਿਤ ਰੱਖਿਆ ਉਹਨਾਂ ਤੋਂ ਸਿੱਖ ਲਓ ਬਾਹਰੋਂ ਸਾਨੂੰ ਇੱਥੇ ਹੁਣ ਸਿਖਾਉਣ ਵਾਲਾ ਕੋਈ ਨਹੀਂ ਬੁਰਾ ਨਾ ਬਣਾਉਣਾ ਸਿਖਾਉਣ ਵਾਲੇ ਤਾਂ ਚੰਦ ਹੀ ਬੰਦੇ ਹੋਣਗੇ ਇਹ ਬੜਾ ਵੱਡਾ ਸਵਾਲ ਹੈ ਗੁਰੂ ਮਹਾਰਾਜ ਦੀ ਸਿੱਖੀ ਨੂੰ ਪ੍ਰਫੁੱਲਿਤ ਕਰਨ ਦਾ ਇਹ ਛੋਟਾ ਜਿਹਾ ਸਵਾਲ ਨਹੀਂ ਹੈ ਬੜਾ ਵੱਡਾ ਸਵਾਲ ਪਹਿਲਾਂ ਨਹੀਂ ਮੈਂ ਇਹੋ ਜਿਹੀਆਂ ਗੱਲਾਂ ਕਰਦਾ ਸੀ ਵਿਚਾਰ ਆਉਂਦੇ ਤਾਂ ਮੈਂ ਕਰ ਦੇਣਾ ਮੈਂ ਵੈਸੇ ਕਹਿਣ ਵਾਲਾ ਵੀ ਕੌਣ ਹਾਂ ਮੈਂ ਤਾਂ ਖੁਦ ਇੱਕ ਪਾਪੀ ਜਿਹਾ ਇਨਸਾਨ ਹਾਂ ਪਰ ਜਿੰਨੇ ਕੁ ਮੇਰੇ ਵਿਚਾਰ ਹੈ ਮੈਂ ਦੱਸਦਾ ਗੁਰੂਆਂ ਪੀਰਾਂ ਦੀ ਧਰਤੀ ਮੰਨਿਆ ਜਾਂਦਾ ਸੀ ਪਰ ਅੱਜ ਕੱਲ੍ਹ ਕਿਹਾ ਜਾਵੇ ਕਿ ਲੋਕ ਉਹਨਾਂ ਦੇ ਸਿਧਾਂਤਾਂ ਤੋਂ ਭਟਕਦੇ ਜਾ ਰਹੇ ਨੇ ਗੁਰੂ ਮਹਾਰਾਜ ਦੀ ਪਵਿੱਤਰ ਧਰਤੀ ਤਾਂ ਅੱਜ ਵੀ ਹੈ ਉਹਨਾਂ ਵੱਲੋਂ ਤਾਂ ਕੋਈ ਕਮੀ ਹੈ ਹੀ ਨਹੀਂ ਉਹਨਾਂ ਦੇ ਸਿਧਾਂਤਾਂ ਤੋਂ ਭਟਕਦੇ ਜਾ ਰਹੇ ਉਹਨਾਂ ਨੇ ਤਾਂ ਆਪਣੇ ਕਰਮ ਕੀਤੇ ਉਹਨਾਂ ਨੇ ਤਾਂ ਕਰਮ ਕਰਕੇ ਸ਼ਹਾਦਤਾਂ ਦੇ ਕੇ ਤਪ ਜਪ ਕਰਕੇ ਉਹਨਾਂ ਨੇ ਸਾਨੂੰ ਸਿੱਖ ਕੌਮ ਸਜਾਈ ਉਹਨਾਂ ਨੇ ਤਾਂ ਕਰਮ ਕੀਤੇ ਉਹਨਾਂ ਦਾ ਨਾਂ ਕਿਉਂ ਅਸੀਂ ਇਸਤੇਮਾਲ ਕਰਦੇ ਹਾਂ ਆਪਣੇ ਗੁਰੂਆਂ ਦਾ ਨਾਂ ਆਪਣੇ ਲਈ ਸੋ ਅਸੀਂ ਸਿੱਖਾਂ ਨੇ ਇਹ ਕੀਤਾ ਅਰੇ ਤੁਸੀਂ ਕੀ ਕਰਮ ਕੀਤੇ ਪਹਿਲਾਂ ਉਹ ਤੁਸੀਂ ਤਾਂ ਦੱਸੋ ਤੁਸੀਂ ਕੀ ਕਰਮ ਕਰਦੇ ਹੋ ਜਿਹੜੇ ਤੁਸੀਂ ਪਿੱਛੇ ਇੰਨੇ ਸਾਲ ਬੇਗੁਨਾਹ ਦੇ 36,000 ਬੰਦੇ ਮਾਰਤੇ ਜੇ ਬੇਗੁਨਾਹ ਸੜਕਾਂ 'ਚੋਂ ਕੱਢ ਕੱਢ ਕੇ ਕੋਈ ਤੁਹਾਨੂੰ ਕਿਸੇ ਨੇ ਗੋਲੀ ਮਾਰੀ ਸੀ ਜਿਹੜੇ ਕੱਢ ਕੱਢ ਬੱਸਾਂ 'ਚੋਂ ਹਿੰਦੂ ਕੱਢ ਕੇ ਲਾਈਨ 'ਚ ਖੜ੍ਹੇ ਕਰਕੇ ਮਾਰਤੇ ਉਹਨਾਂ ਨੇ ਕੀ ਕੀਤਾ ਸੀ ਮੈਨੂੰ ਦੱਸੋ ਨਾ ਮੇਰਾ ਜਵਾਬ ਤਾਂ ਦਿਓ ਇੱਥੇ ਬੋਲਣ ਦੀ ਤਾਂ ਕਿਸੇ 'ਚ ਹਿੰਮਤ ਨਹੀਂ ਛਬੀਲਾਂ ਲੱਗਦੀਆਂ ਨੇ ਗੁਰੂ ਮਹਾਰਾਜ ਨੂੰ ਤਾਂ ਭੁੱਲ ਜਾਂਦੇ ਨੇ ਪਤਾ ਨਹੀਂ ਹੋਰ ਕਿਹੜੀਆਂ ਤਸਵੀਰਾਂ ਲਾ ਕੇ ਖੜਾ ਕਰ ਦਿੰਦੇ ਨੇ ਅਤੇ 25 ਸਾਲ ਬਾਅਦ ਗੁਰੂ ਮਹਾਰਾਜ ਨੂੰ ਇਹ ਭੁੱਲ ਜਾਣਗੇ ਅਤੇ ਉਹਨਾਂ ਦੀਆਂ ਤਸਵੀਰਾਂ ਲਾਣਗੇ ਜਿਹਨਾਂ ਨੇ ਪੰਜਾਬ ਦੇ ਵਿੱਚ ਕਿੰਨੇ ਬੰਦੇ ਮਾਰਤੇ ਵਾਏ ਮੇਰੀ ਗੱਲ ਨਹੀਂ ਸਮਝੇ ਮੈਂ ਪੁੱਛਣਾ ਚਾਹੁੰਦਾ ਇਹ ਖੜ੍ਹੇ ਕਿੱਥੇ ਆ ਬੋਲਣ ਦੀ ਹਿੰਮਤ ਨਹੀਂ ਕਿਸੇ ਨੂੰ ਨਵੀਂ ਜਨਰੇਸ਼ਨ ਨੂੰ ਰਸਤਾ ਦੱਸ ਨਹੀਂ ਰਹੇ ਬਈ ਅਸਲੀ ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਹੈ ਅਸਲੀ ਗੁਰੂ ਤਾਂ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ
ਅਤੇ ਉਹਨਾਂ ਦੇ ਸਾਹਿਬਜ਼ਾਦੇ ਨੇ ਗੁਰੂ ਤੇਗ ਬਹਾਦਰ ਜੀ ਨੇ, ਗੁਰੂ ਅਰਜਨ ਦੇਵ ਜੀ ਨੇ, ਭਾਈ ਮਤੀ ਦਾਸ ਜੀ ਨੇ, ਬਾਬਾ ਬੁੱਢਾ ਜੀ ਨੇ, ਬਾਬਾ ਦੀਪ ਸਿੰਘ ਜੀ ਨੇ, ਉਹ ਨਾਂ ਕਿੱਥੇ ਗਏ? ਮੈਨੂੰ ਸਵਾਲਾਂ ਦਾ ਜਵਾਬ ਦੇ ਦਿਓ, ਨਾਂ ਕਿੱਥੇ ਗਏ ਸਾਡੇ ਗੁਰੂਆਂ ਨੇ? ਉਹ ਨਾਂ ਰਹਿ ਗਏ ਮੱਥਾ ਟੇਕਣ ਲਈ, ਮੱਥਾ ਟੇਕਿਆ ਅਤੇ ਆ ਗਏ। ਅਤੇ ਜਿਹੜਾ ਨਵਾਂ ਇਤਿਹਾਸ ਲੋਕਾਂ ਨੇ ਬੇਗੁਨਾਹ ਦਾ ਕਤਲ ਕਰਕੇ ਬਣਾ ਦਿੱਤਾ, ਉਹਦੇ ਇਤਿਹਾਸ ਨੂੰ ਆਪਾਂ ਖੜਾ ਕਰਤਾ ਵੀ ਆਹ ਸਾਡੇ ਅਸਲੀ ਅੱਜ ਦੇ ਗੁਰੂ ਨੇ ਵਾਹੇ। ਗੁਰੂ ਮਹਾਰਾਜ ਜੇ ਸਿਰਫ ਗੁਰੂ ਗ੍ਰੰਥ ਸਾਹਿਬ ਨੇ ਮੱਥਾ ਟੇਕਣਾ ਰਹਿ ਗਿਆ, ਉਹਨਾਂ ਨੇ ਰਸਤਿਆਂ 'ਤੇ ਚੱਲਣਾ। ਪਹਿਲੀ ਗੱਲ ਤਾਂ ਮੈਂ ਫਿਰ ਵਾਰ ਕਹਾਂਗਾ, ਕਿਉਂਕਿ ਲੋਕ ਕਈ ਕਹਿਣਗੇ ਯਾਰ ਐਵੇਂ, ਮੈਂ ਤਾਂ ਪਾਪੀ ਗੁਨਾਹਗਾਰ ਖੁਦ ਹਾਂ, ਪਰ ਮੇਰੇ ਅੰਦਰ ਜੇ ਆਵਾਜ਼ ਆਉਂਦੀ ਤਾਂ ਮੈਂ ਦੱਸਦਾ ਵਾਂ। ਇੱਕ 550 ਸਾਲਾ ਗੁਰੂ ਪੁਰਬ ਨਾਲ ਸੰਬੰਧਿਤ ਕਾਫੀ ਤਿਆਰੀਆਂ ਚੱਲ ਰਹੀਆਂ। ਪਿਛਲੇ ਦਿਨਾਂ ਦੇ ਵਿੱਚ ਸੁਬਰਾਮਨਿਅਮ ਸਵਾਮੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਕਰਤਾਰਪੁਰ ਜਿਹੜਾ ਕੋਰੀਡੋਰ ਹੈ, ਜਿਸ ਦੀ ਸਾਰੀ ਉਡੀਕ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਸੀਗੇ, ਉਹ ਬੰਦ ਹੋਣਾ ਚਾਹੀਦਾ, ਉਸਦਾ ਨਿਰਮਾਣ ਬੰਦ ਹੋਣਾ ਚਾਹੀਦਾ। ਮੈਨੂੰ ਇੱਕ ਗੱਲ ਸੁਣੋ, ਇਹ ਸੁਬਰਾਮਨਿਅਮ ਸਵਾਮੀ ਜੀ ਕੌਣ ਨੇ, ਕੀ ਅਥਾਰਟੀ ਹੈ ਬੋਲਣ ਦੀ? ਜੋ ਮਰਜ਼ੀ ਬੋਲਦੇ ਹੋ ਤੁਸੀਂ, ਸਿੱਖੀ ਸਰੂਪ ਸਿੱਖੀ ਜਿਹੜੇ ਸਾਡੇ ਅਸੂ, ਉਹਨਾਂ ਦੇ ਵੀ ਤੁਸੀਂ ਵਾਰ ਕਰਦੇ ਹੋ ਵਾਏ। ਨਰਿੰਦਰ ਮੋਦੀ ਜੀ ਨੇ ਉਦੋਂ ਉਸ ਵੇਲੇ ਫੈਸਲਾ ਕੀਤਾ ਜਨਾਬ, ਜਦੋਂ ਉੱਥੇ ਜਾ ਕੇ 12 ਪਲੇਨ ਲੈ ਕੇ ਪਾਕਿਸਤਾਨ 'ਚ ਘੁਸ ਕੇ ਉਹਨਾਂ ਦੇ ਅੱਤਵਾਦੀ ਮਾਰ ਕੇ ਆਏ ਨੇ, ਨਰਿੰਦਰ ਮੋਦੀ ਚਾਹੁੰਦੇ ਨਾ, ਅਤੇ ਉਦੋਂ ਕਹਿੰਦੇ ਇਹਨੂੰ ਕੈਂਸਲ ਕਰੋ, ਸੁਰੱਖਿਆ ਨੂੰ ਦੇਖਦੇ, ਉਹਨੇ ਕੀਤਾ ਨਹੀਂ। ਉਹਨਾਂ ਨੇ ਸਿੱਖਾਂ ਦੀਆਂ ਭਾਵਨਾਵਾਂ, ਜਗਤ ਗੁਰੂ ਗੁਰੂ ਨਾਨਕ ਦੇਵ ਜੀ ਹਿੰਦੂ ਵੀ ਮੁਸਲਮਾਨ ਵੀ ਸਿੱਖ ਵੀ ਈਸਾਈ ਉਹਨੂੰ ਮੰਨਦਾ, ਉਹਨਾਂ ਨੇ ਉਹਨਾਂ ਦਾ ਸਨਮਾਨ ਕਰਦੇ ਹੋ ਕਿ ਕੁਛ ਵੀ ਹੋਵੇ ਇਹ ਰਸਤਾ ਚੱਲੇਗਾ। ਜਦ ਪ੍ਰਾਈਮ ਮਿਨਿਸਟਰ ਨੇ ਕਹਿਤਾ, ਜਿਹੜਾ ਪ੍ਰਾਈਮ ਮਿਨਿਸਟਰ ਹਿੰਦੁਸਤਾਨ ਦੀ ਸੁਰੱਖਿਆ ਲਈ ਵਚਨਬੰਧ ਹੈ, ਉਹਨੇ ਪਰਵਾਹ ਹੀ ਨਹੀਂ ਕੀਤੀ, ਕਹਿੰਦਾ ਦੇਖਾਂਗੇ ਜੋ ਵਚਨ ਕਰਤਾ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ 'ਤੇ ਖੜੂੰ, ਅਤੇ ਸੁਬਰਾਮਨੀਅਮ ਸਵਾਮੀ ਕਿਉਂ ਹੁੰਦਾ? ਅਸੀਂ ਕੌਣ ਆ ਬੁੱਧੀਜੀਵੀ ਬੋਲਣ ਵਾਲੇ? ਮੈਨੂੰ ਦੱਸੋ ਨਾ, ਅਸੀਂ ਕਰੋੜਾਂ ਜਿਹੜੇ ਹਿੰਦੂ ਮੁਸਲਿਮ ਸਿੱਖ ਈਸਾਈ ਦੁਨੀਆ 'ਚ ਬੈਠੇ, ਉਹਨਾਂ ਦੀਆਂ ਭਾਵਨਾਵਾਂ ਨਾਲ ਅਸੀਂ ਠੋਕਰ ਮਾਰਦੇ? ਅਸੀਂ ਹੈ ਕੌਣ? ਸਾਡੀ ਹੈਸੀਅਤ ਕੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ? ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ, ਸਾਡੀ ਹੈਸੀਅਤ ਕੀ ਹੈ? ਉੱਠ ਕੇ ਜਿਹੜਾ ਮਰਜ਼ੀ ਆਉਂਦਾ ਬੋਲ ਦਿੰਦਾ, ਉਹ ਕੈਲੀਡੋਰ ਸ਼ੁਰੂ ਹੋਇਆ, ਸੜਕਾਂ ਬਣ ਗਈਆਂ, ਪਾਕਿਸਤਾਨ ਵੀ ਤਿਆਰ ਆ, ਉਹ ਵੀ ਤਿਆਰ ਆ, ਅਸੀਂ ਹੈ ਕੌਣ ਆ? ਤੂੰ ਮੈਂ ਖਾਮ ਖਾ, ਇਹਦਾ ਮਤਲਬ ਅਸੀਂ ਫਿਰ ਪਾਪ ਕਰਦੇ ਹਾਂ? ਜਦ ਪਹਿਲੇ ਨਹੀਂ ਸ਼ੁਰੂ ਕਰਦੇ, ਪਹਿਲਾਂ ਹੀ ਮਨਾ ਕਰ ਦਿੰਦੇ? ਹੁਣ ਸਾਰਿਆਂ ਨੂੰ ਆ ਗਿਆ ਜੀ ਇਹ ਰਸਤੇ 'ਚ ਐਂ ਉਜੂ ਰਸਤੇ ਹੋਏਗਾ, ਤਾਂ ਫਿਰ ਦੇਖਾਂਗੇ, ਉਦੋਂ ਅਸੀਂ ਕੋਈ ਚੂੜੀਆਂ ਥੋੜ੍ਹਾ ਪਾਈਆਂ, ਪਹਿਲਾਂ ਰਸਤਾ ਚਾਲੂ ਕਰਕੇ ਦੇਖੀਏ। ਗੁਰੂ ਮਹਾਰਾਜ ਨਾ ਰਸਤਾ ਦੇਖੋ ਮੋਦੀ ਜੀ ਨੇ ਸ਼ੁਰੂ ਕੀਤਾ, ਨਾ ਇਹ ਪਾਕਿਸਤਾਨ ਨੇ ਸ਼ੁਰੂ ਕੀਤਾ, ਇਹ ਜਿਹੜੀ ਸਾਡੀ ਅਰਦਾਸ 'ਚ ਲਿਖਿਆ, ਵਿਛੜੇ ਹੋਏ ਜਿਹੜੇ ਗੁਰਦੁਆਰੇ ਉਹ ਵੀ ਮਿਲਾਏ ਜਾਣ, ਗੁਰੂ ਧਾਮ ਮਿਲਾਏ ਜਾਣ, ਇਹ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਹੋਈ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੁਕਮ ਆ ਗਿਆ ਅਤੇ ਉੱਥੇ ਮੈਂ ਕੌਣ? ਉੱਥੇ ਮੈਂ ਸਲਾਹਾਂ ਦਿੰਦਾ? ਫਿਰ ਐਡੀ ਐਡੀਆਂ ਏਜੰਸੀਆਂ ਬੈਠੀਆਂ, ਐਡੇ ਐਡੇ ਦਿਮਾਗ ਬੈਠੇ ਨੇ, ਐਡੇ ਐਡੇ ਪਾਰਟੀਆਂ ਬੈਠੀਆਂ ਨੇ, ਅਤੇ ਅਸੀਂ ਕੌਣ ਉਹਦੇ ਵਿੱਚ ਦਖਲ ਦੇਣ ਵਾਲੇ? ਮੈਂ ਗੱਲ ਕਰਦਾ, ਉਹ ਵੀ ਆ ਕੇ ਇਸ ਸਮੇਂ 'ਤੇ ਅਸੀਂ ਗੱਲਾਂ ਕਰਦੇ ਹਾਂ, ਕਿੱਡੀ ਦੁੱਖ ਦੀ ਗੱਲ ਹੈ। ਫਿਰ ਕਹਿੰਦੇ ਜੀ ਸਿੱਖਾਂ ਨੇ ਫਲਾਣਾ ਬੋਲਤਾ, ਗਲਤੀਆਂ ਤਾਂ ਅਸੀਂ ਖੁਦ ਕਰਦੇ ਹਾਂ, ਗਲਤੀਆਂ ਮਾੜੇ ਬਚਣ ਤਾਂ ਅਸੀਂ ਖੁਦ ਬੋਲਦੇ ਹਾਂ, ਅਤੇ ਜਾ ਕੇ ਫਿਰ ਅਸੀਂ ਕਹਿੰਦੇ ਹਾਂ ਜੀ ਉਹ ਫਲਾਣੇ ਨੇ ਇਉਂ ਕਿਉਂ ਕਹਿਤਾ? ਅਸੀਂ ਮੌਕਾ ਕਿਉਂ ਦੇਣੇ ਹਾਂ ਲੋਕਾਂ ਨੂੰ? ਸਾਡਾ ਫਰਜ਼ ਬਣਦਾ ਪੋਲੀਟੀਸ਼ਨਾਂ ਦਾ ਕਿ ਅਸੀਂ ਲੋਕਾਂ ਨੂੰ ਬੋਲਣ ਦਾ ਮੌਕਾ ਨਾ ਦਈਏ, ਅਸੀਂ ਇਹੋ ਜਿਹਾ ਕਰਮ ਨਾ ਕਰੀਏ, ਇਹੋ ਜਿਹਾ ਪਾਪ ਨਾ ਕਰੀਏ, ਇਹੋ ਜਿਹੀ ਗਲਤੀਆਂ ਨਾ ਕਰੀਏ ਜਿਹੜੇ ਲੋਕਾਂ ਦੇ ਮਨ ਨੂੰ ਠੇਸ ਪਹੁੰਚੇ। ਆਪਣੀ ਵਿਚਾਰਾਂ ਨੂੰ ਬਦਲੀਏ, ਸਵੇਰੇ ਉੱਠ ਕੇ ਇੱਕ ਪੋਲੀਟੀਕਲ ਪਾਰਟੀ ਦੂਜੇ ਨੂੰ ਮਾੜੇ ਸ਼ਬਦ ਕਵੇ, ਦੂਜਾ ਉਹਨੂੰ ਕਵੇ, ਇਹ ਰੀਤੀ ਰਿਵਾਜ਼ ਨੂੰ ਛੱਡ ਕੇ ਇੱਕ ਵਿਕਾਸ, ਇੱਕ ਡਿਵੈਲਪਮੈਂਟ, ਇੱਕ ਭਾਈਚਾਰੇ ਦਾ ਸੰਦੇਸ਼ ਦਈਏ, ਆਪਣੇ ਬਿਆਨਾਂ ਨੂੰ ਬਦਲੀਏ। ਬੇਟਾ ਜੀ, ਇੱਕ ਲਾਸਟ ਕੁਐਸਚਨ ਹੈ ਮੇਰਾ। ਇੱਕ ਤੁਹਾਡਾ ਕੁਛ ਦਿਨ ਪਹਿਲਾਂ ਦਾ ਵੀਡੀਓ ਬੜਾ ਵਾਇਰਲ ਹੋ ਰਿਹਾ, ਕੋਈ ਪੱਤਰਕਾਰ ਦੇ ਨਾਲ ਕੁਛ ਹੋ ਰਿਹਾ, ਕੀ ਕਹਿਣਾ ਚਾਹੋਗੇ, ਕੀ ਗੱਲਬਾਤ ਹੋਈ? ਮਤਲਬ ਕਿ ਇੱਕ ਪੱਤਰਕਾਰ ਹੋ, ਠੀਕ ਹੈ, ਤੁਸੀਂ ਮੈਨੂੰ ਇਹ ਤਾਂ ਨਹੀਂ ਸਵਾਲ ਪੁੱਛਿਆ ਵੀ ਪਾਕਿਸਤਾਨ ਅੱਖਾਂ ਦਿਖਾ ਰਿਹਾ, ਕਿਉਂਕਿ ਤੁਸੀਂ ਇੱਕ ਸਮਝਦਾਰ ਪੱਤਰਕਾਰ ਹੋ, ਤੁਸੀਂ ਇੱਕ ਦਿਮਾਗ ਰੱਖਦੇ ਹੋ ਪੱਤਰਕਾਰੀ ਦਾ। ਤੁਸੀਂ ਮੈਨੂੰ 370 ਧਾਰਾ ਦਾ ਪੁੱਛਿਆ, ਮੈਂ ਪਿਆਰ ਨਾਲ ਜਵਾਬ ਦਿੱਤਾ। ਜੇ ਤੁਸੀਂ ਬਾਈ ਜਿਵੇਂ 370 ਧਾਰਾ ਨੂੰ ਕੱਢ ਕੇ ਅਤੇ ਤੁਸੀਂ ਕਹਿੰਦੇ ਜੀ ਉਹ ਪਾਕਿਸਤਾਨ ਤਾਂ ਅੱਖਾਂ ਦਿਖਾ ਰਿਹਾ, ਅਤੇ ਮੈਂ ਤੁਹਾਨੂੰ ਕੀ ਜਵਾਬ ਦਿਆਂਗਾ ਵੀ ਭਾਅ ਜੀ ਵੀ ਤੁਸੀਂ ਕਾਹਦੇ ਪੱਤਰਕਾਰ? ਬੁਰਾ ਨਾ ਮਨਾਉਣਾ, ਜਦੋਂ ਤੁਸੀਂ ਇੱਕ ਸੁਲਝੇ ਹੋਏ ਦਿਮਾਗ ਨਾਲ, ਇੱਕ ਸੁਲਝੇ ਹੋਏ ਪੱਤਰਕਾਰ ਹੋ, ਤੁਸੀਂ ਵਧੀਆ ਤਰੀਕੇ ਨਾਲ ਗੱਲ ਕਰ ਰਹੇ ਹੋ ਮੇਰੇ ਕੋਲ, ਤੁਸੀਂ 4 ਘੰਟੇ ਬੁਲਵਾਈ ਜਾਓ, ਉਹਨੂੰ ਨਹੀਂ ਦਿੱਤੇ ਮੈਂ 4 ਮਿੰਟ, ਤੁਹਾਨੂੰ ਮੈਂ ਦੇ ਦਿਆਂ 4 ਘੰਟੇ ਬੁਲਵਾਈ ਜਾਓ। ਉਹਨੇ ਸਵਾਲ ਹੀ ਇਹੋ ਜਿਹਾ ਪੁੱਛਿਆ ਜੀ ਪਾਕਿਸਤਾਨ ਵੱਲੋਂ ਉਹ ਜਿਹੜੀਆਂ ਨੇ ਜੀ ਬੜੀ ਅੱਖਾਂ ਦਿਖਾ ਰਿਹਾ, ਅਤੇ ਮੈਂ ਕਿਹਾ ਤੈਨੂੰ ਨਹੀਂ ਪਤਾ, ਤੂੰ ਪੱਤਰਕਾਰ ਹੈ, ਤੈਨੂੰ ਪੱਤਰਕਾਰੀ ਭਾਈ ਕਿੰਨੇ ਸਿਖਾਈ, ਤੈਨੂੰ ਇਹ ਨਹੀਂ ਪਤਾ 370 ਧਾਰਾ ਹੇਠੀ ਜਿਹੜੀ ਅੱਤਵਾਦ ਦੀ ਜੜ੍ਹ ਖਤਮ ਕਰ ਦਿੱਤੀ ਭਾਈ ਭਲਿਆ ਮਾਨਸਾ, ਤੂੰ ਪੁੱਛਣ ਲੱਗਿਆ ਪਹਿਲਾਂ ਇਹ ਦੱਸ ਪੁੱਛ ਵੀ 370 ਧਾਰਾ ਦਾ ਕੀ ਹੋਏਗਾ? ਮੈਂ ਤੈਨੂੰ ਜਵਾਬ ਦਿਆਂ, ਤੂੰ ਸਵਾਲ ਹੀ ਪਾਕਿਸਤਾਨ ਦੇ ਹੱਕ 'ਚ ਕੀਤਾ, ਤਾਂ ਮੈਂ ਤਾਂ ਹੋਏਗਾ, ਮੈਂ ਤਾਂ ਪਹਿਲਾਂ ਪ੍ਰਥਮ ਰਾਸ਼ਟਰ ਹੈ, ਨਾ ਮੇਰੇ ਸਾਹਮਣੇ ਪੱਤਰਕਾਰ ਹੈ, ਨਾ ਮੇਰਾ ਪਰਿਵਾਰ ਹੈ, ਨਾ ਮੇਰੇ ਬੱਚੇ ਹੈ, ਨਾ ਕੋਰ, ਮੇਰੇ ਸਾਹਮਣੇ ਤਾਂ ਦੇਸ਼ ਹੈ, ਜਿੱਥੇ ਦੇਸ਼ ਆ ਜਾਵੇ ਉੱਥੇ ਮੇਰੇ ਸਾਹਮਣੇ ਨਾ ਪੱਤਰਕਾਰ ਹੈ, ਮੈਂ ਨਹੀਂ ਪਰਵਾਹ ਕਰਦਾ। ਅਤੇ ਜੇ ਕਿਸੇ ਨੇ, ਤੁਸੀਂ ਬੜੇ ਪਿਆਰ ਨਾਲ ਸਵਾਲ ਪੁੱਛੇ, ਮੈਂ ਤੁਹਾਨੂੰ ਦੱਸਤੇ, ਇਸ ਕਰਕੇ ਮੈਨੂੰ ਨਹੀਂ ਪਤਾ ਕਿਹੜੀ ਵੀਡੀਓ ਵਾਇਰਲ ਹੋਈ ਹੈ, ਪਰ ਜੋ ਵੀ ਬੋਲਿਆ ਉਹ ਮੈਂ ਸੱਚ ਬੋਲਿਆ, ਉਹਦੇ 'ਚ ਗਲਤ ਮੈਂ ਇੱਕ ਪੈਸਾ ਗਲਤ ਨਹੀਂ ਬੋਲਿਆ, ਮੈਂ ਉੱਥੇ ਖੜ੍ਹਾ।
बिल्कुल ऐसी है मनिंदरजीत सिंह बिट्टा जिन्हों का साफ कहना है कि धारा 370 जिहड़ी हटना आतंकवाद के उत्ते एक वड्डी चोट है कश्मीर दे विच शांति बहाली वास्ते बहुत जरूरी सीगा ते जिहड़ी राजनीतिक पार्टियां इहदे ते राजनीति कर रही वोट की राजनीति कर रही उन्हां नूं अपना अक्स सुधारन की लोड़ है नहीं तो जनता उन्हां नूं आने वाले टाइम के जवाब देगी। तो दूजे पास सुब्रमण्यम स्वामी वालों जो करतारपुर कोरीडोर को लैके बयान दिता गया उसके भी वड्डा जिहड़ा हैगा उन्हां वालों विरोध किया गया कि एक करतारपुर कोरीडोर का निर्माण किसी भी राजनीतिक पार्टी या किसी भी आगू दे वालों नहीं किया गया। यह बाबा नानक वालों एक कृपा हुई है जिसका जो सिखा वालों लंबे समय तो इंतजार किया जा रहा है। कैमरामैन रोहित दे नाल विवेक टाल दैनिक सवेरा टीवी लुधियाना। हेलो फ्रेंड्स, माय नेम इज प्रणय एंड आई एम अ स्टूडेंट एंड ओनली 20 ईयर्स ओल्ड। बॉडी फैब मेडिकल वेट लॉस क्लिनिक ज्वाइन करने से पहले आई वॉज वेइंग अराउंड 106 केजीज। आफ्टर ज्वाइनिंग बॉडी फैब I have seen a drastic change. To slash down my weight to 85 kgs to lead a very healthy and active lifestyle. Right decision and join BodyFab Medical Weight Loss Clinic.